ਪੰਜਾਬ ਯੂਨੀਵਰਸਿਟੀ ਦਾ ਮਿਲਦਾ ਜੁਲਦਾ ਇੱਕ ਟੇਬਲ ਜਿਹਨੂੰ ਲਾਇਬ੍ਰੇਰੀ ਟੇਬਲ ਕਹਿੰਦੇ ਆ, ਉਹ 1,92,00,000 ਦਾ ਵਿਕਿਆ। ਜਦੋਂ ਮੈਨਹੋਲ ਤੋਂ ਬਾਅਦ ਫਰਨੀਚਰ ਵਿਕਣ ਲੱਗੇ, ਇਹ 10 ਸਾਲਾਂ ਦੇ ਵਿੱਚ ਕੋਈ ਅੰਦਾਜ਼ਾ ਹੈ, ਮੋਰ ਦੈਨ 30 ਕਰੋੜ ਆਲਰੇਡੀ ਸੋਲਡ ਆਫ ਹੈ। ਇਨਸਾਨਾਂ ਦੀ ਸਮਗਲਿੰਗ ਹੁੰਦੀ ਹੈ, ਉਸੇ ਤਰ੍ਹਾਂ ਫਰਨੀਚਰ ਦੀ ਸਮਗਲਿੰਗ ਹੁੰਦੀ ਹੈ, ਇਹਨੂੰ ਅਸੀਂ ਕਿੱਦਾਂ ਰੋਕ ਲਗਾਈ ਜਾਵੇ? ਪੰਜਾਬ ਔਰ ਹਰਿਆਣੇ ਕੋਲ ਕਰੋੜਾਂ ਰੁਪਏ ਦਾ ਫਰਨੀਚਰ ਪਿਆ। ਇਹ ਵੀ ਸਰ ਇੱਕ ਸਵਾਲ ਹੈ ਕਿ ਸਾਨੂੰ ਪ੍ਰਾਇਰ ਹੀ ਪਤਾ ਲੱਗ ਜਾਂਦਾ ਹੈ, ਤੁਸੀਂ ਕਹਿ ਰਹੇ ਹੋ ਵੀ ਨੈਕਸਟ ਵੀਕ ਹੈ ਨਾ, ਪਹਿਲੇ ਹੀ ਪਤਾ ਲੱਗ ਗਿਆ, ਫਿਰ ਵੀ ਸਰਕਾਰ ਨਹੀਂ ਕੁਛ ਕਰ ਪਾ ਰਹੀ। ਸਰਕਾਰ ਦੇ ਲਈ ਇਹ ਮੁੱਦਾ ਜਿੰਨਾ ਪ੍ਰਾਇਰਟੀ ਤੇ ਹੋਣਾ ਚਾਹੀਦਾ ਹੈ ਓਨਾ ਨਹੀਂ ਹੈਗਾ। ਪ੍ਰੈਸ ਦ ਬੈਲ ਆਈਕਨ ਐਂਡ ਨੈਵਰ ਮਿਸ ਅ ਵੀਡੀਓ ਫਰਮ newsnumber.com। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਨੰਬਰ 'ਤੇ ਮੈਂ ਅਰਜ਼ੂ ਗੁਪਤਾ, ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਦੋਸਤੋ, ਜਦੋਂ ਵੀ ਅਸੀਂ ਕਿਸੇ ਦੇਸ਼ ਦੀ ਗੱਲ ਕਰਦੇ ਹਾਂ ਜਾਂ ਉਸਦੇ ਸ਼ਹਿਰਾਂ ਦੀ ਪਿੰਡਾਂ ਦੀ ਗੱਲ ਕਰਦੇ ਹਾਂ, ਤਾਂ ਉਹਦੀ ਹਿਸਟਰੀ ਜਾਂ ਹੈਰੀਟੇਜ ਦੀ ਗੱਲ ਸਭ ਤੋਂ ਪਹਿਲੇ ਹੁੰਦੀ ਹੈ। ਹੈਰੀਟੇਜ ਦੇ ਵਿੱਚ ਉਸ ਜਗ੍ਹਾ ਦੀ ਮੋਨੂਮੈਂਟਸ, ਉਹਦੀ ਬਿਲਡਿੰਗਸ, ਉਹਦਾ ਆਰਕੀਟੈਕਚਰ ਅਤੇ ਆਰਕਿਓਲੋਜੀਕਲ ਸਾਈਟਸ ਦੀ ਗੱਲ ਕਰਦੇ ਹਾਂ। ਅਤੇ ਜੇ ਮੈਂ ਚੰਡੀਗੜ੍ਹ ਦੀ ਗੱਲ ਕਰਾਂ, ਚੰਡੀਗੜ੍ਹ ਦਾ ਇਤਿਹਾਸ ਬਹੁਤ ਪੁਰਾਣਾ ਤਾਂ ਨਹੀਂ ਹੈ, ਬਟ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਇਸ ਨੂੰ ਇੱਕ ਪਲੈਨਡ ਸਿਟੀ ਦੇ ਰੂਪ ਵਿੱਚ ਇਹ ਹੋਂਦ ਵਿੱਚ ਆਇਆ ਇਹ ਸ਼ਹਿਰ। ਅਤੇ ਇਸ ਦਾ ਡਿਜ਼ਾਈਨ ਜਿਹੜਾ ਕੀਤਾ ਉਹ ਇੱਕ ਫੇਮਸ ਆਰਕੀਟੈਕਟ, ਫਰੈਂਚ ਆਰਕੀਟੈਕਟ ਲੀ ਕਾਰਬੂਜ਼ੀਅਰ ਨੇ ਕੀਤਾ, ਅਤੇ ਨਾਲ ਹੀ ਉਹਨਾਂ ਦੇ ਜਿਹੜੇ ਕਜ਼ਨ ਸੀ ਪੈਰੀ ਜੌਨਰੇ, ਉਹਨਾਂ ਨੇ ਇਸ ਸ਼ਹਿਰ ਦੇ ਫਰਨੀਚਰ ਨੂੰ ਡਿਜ਼ਾਈਨ ਕੀਤਾ। ਪਰ ਅੱਜ ਕੰਸਰਨ ਦੀ ਗੱਲ ਇਹ ਹੈ ਕਿ ਜਿਹੜਾ ਚੰਡੀਗੜ੍ਹ ਦਾ ਹੈਰੀਟੇਜ ਫਰਨੀਚਰ ਹੈ ਉਹ ਬਾਹਰਲੇ ਦੇਸ਼ਾਂ ਵਿੱਚ ਨਿਲਾਮ ਹੋ ਰਿਹਾ, ਅਤੇ ਬਟ ਜਿਹੜਾ ਪ੍ਰਸ਼ਾਸਨ ਹੈ, ਜਿਹੜੀ ਸਰਕਾਰ ਹੈ, ਉਹਦੇ 'ਤੇ ਬਹੁਤ ਹੀ ਠੋਸ ਕਦਮ ਨਹੀਂ ਚੱਕ ਪਾ ਰਹੀ। ਇਸੇ ਮੁੱਦੇ 'ਤੇ ਗੱਲ ਕਰਨ ਲਈ ਮੇਰੇ ਨਾਲ ਨੇ ਅੱਜ ਚੰਡੀਗੜ੍ਹ ਦੇ ਨਾਮੀ ਵਕੀਲ ਅਜੇ ਜੱਗਾ ਜੀ, ਜਿਹੜੇ ਕਿ ਸੋਸ਼ਲ ਐਕਟਿਵਿਸਟ ਵੀ ਨੇ ਅਤੇ ਇਸ ਮੁੱਦੇ 'ਤੇ ਸਮੇਂ-ਸਮੇਂ 'ਤੇ ਆਵਾਜ਼ ਚੱਕ ਰਹੇ ਨੇ। ਉਹਨਾਂ ਨਾਲ ਅੱਜ ਕਰਾਂਗੇ ਇਸ ਮੁੱਦੇ 'ਤੇ ਗੱਲਬਾਤ। ਸਰ, ਸਤਿ ਸ਼੍ਰੀ ਅਕਾਲ, ਵੈਲਕਮ ਟੂ ਨਿਊਜ਼ ਨੰਬਰ। ਸਰ, ਮੇਰਾ ਸਵਾਲ ਸਭ ਤੋਂ ਪਹਿਲੇ ਤੁਹਾਨੂੰ ਇਹ ਹੈ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਇਸ ਬਾਰੇ, ਕਿ ਲੋਕ ਜਾਣੂ ਨੇ ਕਿ ਆਕਸ਼ਨ ਹੋ ਰਹੀ ਹੈ ਬਾਹਰ, ਅਤੇ ਲੋਕ ਕਿੰਨੇ ਕੁ ਜ਼ਿਆਦਾ ਕੰਸਰਨ ਨੇ ਇਸ ਬਾਰੇ? ਦੇਖੋ, ਇਸ ਤਰ੍ਹਾਂ ਹੈ ਕਿ ਹਿੰਦੁਸਤਾਨ ਨੂੰ ਸ਼ੁਰੂ ਤੋਂ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ, ਲੇਕਿਨ ਮੈਂ ਸਮਝਦਾ ਕਿ ਹਿੰਦੁਸਤਾਨ ਅੱਜ ਵੀ ਸੋਨੇ ਦੀ ਚਿੜੀਆ ਨਹੀਂ ਬਲਕਿ ਸੋਨੇ ਦਾ ਸ਼ੇਰ ਹੈ। ਉਹਦੀ ਵਜ੍ਹਾ ਇਹ ਕਿ ਸਾਡੇ ਕੋਲ ਇੰਨੀ ਹੈਰੀਟੇਜ ਹੈ, ਇੰਨਾ ਸਮਾਨ ਪਿਆ ਹੈ, ਲੇਕਿਨ ਪ੍ਰੋਬਲਮ ਇਹ ਹੈ ਕਿ ਉਹਦਾ ਮੁੱਲ ਨਹੀਂ ਪੈ ਰਿਹਾ, ਕਿਉਂਕਿ ਉਹਦੇ ਬਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਨਹੀਂ ਹੈ। ਚੰਡੀਗੜ੍ਹ ਦਾ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਚੰਡੀਗੜ੍ਹ ਸੰਨ 1950 ਦੇ ਆਸ ਪਾਸ ਬਣਨਾ ਸ਼ੁਰੂ ਹੋਇਆ। 1 ਨਵੰਬਰ 1966 ਨੂੰ ਚੰਡੀਗੜ੍ਹ ਜਿਹੜਾ ਹੈ ਉਹਦਾ ਆਫਿਸ਼ਲੀ ਉਹਦਾ ਡੇਟ ਆਫ ਬਰਥ ਹੈ। ਔਰ ਜਦੋਂ ਇਹ ਬਣ ਰਿਹਾ ਸੀਗਾ ਉਦੋਂ ਪੰਜਾਬ ਹਰਿਆਣਾ ਦਾ ਜੁਆਇੰਟ ਕੈਪੀਟਲ ਸੀਗਾ, ਚੰਡੀਗੜ੍ਹ ਯੂਨੀਅਨ ਟੈਰੀਟਰੀ ਸਟੇਟਸ ਬਣ ਗਿਆ। ਕਾਰਬੂਜ਼ੀਅਰ ਨੇ ਬਿਲਡਿੰਗਸ ਡਿਜ਼ਾਈਨ ਕਰਤੀਆਂ, ਉਹਨਾਂ ਦੇ ਕਜ਼ਨ ਪਿਰੇ ਜੌਨਰੇ ਨਾਲ ਮਿਲ ਕੇ ਸਾਰਾ ਫਰਨੀਚਰ ਜਿਵੇਂ ਭਾਰਤ ਸਰਕਾਰ ਨੇ ਕਿਹਾ ਉਹਨਾਂ ਨੇ ਉੱਦਾਂ ਤਿਆਰ ਕਰ ਦਿੱਤਾ। ਹੁਣ ਉਹ ਆਰਕੀਟੈਕਟ ਇੱਥੋਂ ਸ਼ਹਿਰ ਬਣਾ ਕੇ ਚਲੇ ਗਏ, ਫਰਨੀਚਰ ਦੇ ਕੇ ਚਲੇ ਗਏ। ਅੱਜ ਚੰਡੀਗੜ੍ਹ ਇਸ ਦੁਨੀਆ ਦੇ ਵਿੱਚ ਬਹੁਤ ਖੂਬਸੂਰਤ ਸ਼ਹਿਰਾਂ ਦੇ ਵਿੱਚ ਇੱਕ ਗਿਣਿਆ ਜਾਂਦਾ, ਔਰ ਹਿੰਦੁਸਤਾਨ ਦੇ ਵਿੱਚ ਤਾਂ ਵਰਚੁਅਲੀ ਨੰਬਰ 1 'ਤੇ ਗਿਣਿਆ ਜਾਂਦਾ। ਇਹ ਖਾਲੀ ਬਿਊਟੀ ਦੇ ਨਾਲ ਕਨੈਕਟਡ ਨਹੀਂ ਸੀ, ਇਹਦੇ ਕੋਲ ਬਹੁਤ ਸਾਰਾ ਆਪਣਾ ਹੈਰੀਟੇਜ ਫਰਨੀਚਰ, ਹੈਰੀਟੇਜ ਵੈਲਿਊ ਹੈ। ਇਹਦੀ ਜਾਣਕਾਰੀ ਪਤਾ ਲੱਗੀ ਸੰਨ 2005 ਦੇ ਵਿੱਚ, ਜਦੋਂ ਯੂਨਾਈਟਿਡ ਕਿੰਗਡਮ ਦੇ ਇੱਕ ਆਕਸ਼ਨ ਹਾਊਸ ਨੇ ਇੱਥੇ ਦਾ ਇੱਕ ਮੈਨਹੋਲ ਵੇਚਿਆ। ਉਹ ਮੈਨਹੋਲ ਵੇਚਿਆ ਉਹਨਾਂ ਨੇ 10,87,000 ਰੁਪਏ ਦਾ। ਬਿਲਕੁਲ, ਕਿਹਾ ਜਾਂਦਾ ਵੀ ਉਸ ਮੈਨਹੋਲ 'ਤੇ ਪੂਰਾ ਨਕਸ਼ਾ ਸੀ ਚੰਡੀਗੜ੍ਹ ਦਾ ਬਣਾਇਆ ਹੋਇਆ। ਅਗਰ ਤੁਸੀਂ ਚੰਡੀਗੜ੍ਹ ਦਾ ਕੋਈ ਵੀ ਮੈਨਹੋਲ ਦੇਖੋ ਜਿਹੜੇ ਓਰਿਜਿਨਲ ਨੇ, ਤਾਂ ਉਹਦੇ ਉੱਤੇ ਤੁਹਾਨੂੰ ਸਕੁਏਅਰਸ ਮਿਲਣਗੇ। ਉਹ ਸਕੁਏਅਰਸ ਬੇਸਿਕਲੀ ਚੰਡੀਗੜ੍ਹ ਦਾ ਨਕਸ਼ਾ ਹੈਗਾ, ਜਿਹੜੀ ਜਗ੍ਹਾ ਖਾਲੀ ਹੈ ਉਹ ਇੱਕ ਲੇਕ ਹੈਗੀ ਹੈ, ਜਿਹੜੀਆਂ ਕਰਬਸ ਹੈਗੀਆਂ ਨੇ ਉਹ ਪਿੰਡ ਹੈਗੇ ਨੇ ਜਿਹੜੇ ਅੱਜ ਵੀ ਵੱਸਦੇ ਨੇ। ਤਾਂ ਉਹਦੀ ਆਪਣੀ ਖਾਸੀਅਤ ਸੀਗੀ, ਜਦੋਂ ਵਿਕਿਆ ਕਿ ਜੀ ਇਹ ਕਾਰਬੂਜ਼ੀਅਰ ਨੇ ਡਿਜ਼ਾਈਨ ਕੀਤਾ ਮੈਨਹੋਲ ਹੈ, ਤਾਂ ਉਹ ਵਿਦੇਸ਼ੀ ਕਰੰਸੀ ਦਾ ਜੋ ਵੀ ਮੁੱਲ ਸੀ ਉਦੋਂ ਪੌਂਡ ਦਾ, ਲੇਕਿਨ ਜਦੋਂ ਹਿੰਦੁਸਤਾਨੀ ਮੁੱਲ ਨਾਲ ਕੀਤਾ 10,87,000 ਦਾ ਵਿਕਿਆ। ਜਦੋਂ ਮੈਂ ਉਹ ਖਬਰ ਪੜ੍ਹੀ ਤਾਂ ਮੈਂ ਹਿਸਾਬ ਲਾਇਆ ਕਿ ਇੱਦਾਂ ਦੇ ਤਾਂ ਹਜ਼ਾਰਾਂ ਮੈਨਹੋਲ ਸਾਡੇ ਕੋਲ ਚੰਡੀਗੜ੍ਹ ਪਏ ਨੇ। ਅਸੀਂ ਇੱਕ ਸ਼ਹਿਰ ਦਾ ਦੌਰਾ ਕੀਤਾ, ਉਹਦੇ ਵਿੱਚ ਅਸੀਂ ਦੇਖਿਆ ਕਿ ਵੀ ਹਰ ਸੈਕਟਰ ਦੇ ਅੰਦਰ ਭਰੇ ਪਏ ਇੱਦਾਂ ਦੇ ਮੈਨਹੋਲ। ਤਾਂ ਅਸੀਂ ਪਿੰਨ ਪੁਆਇੰਟ ਸ਼ੁਰੂ ਕੀਤਾ, ਉਹਦਾ ਇੱਕ ਨੋਟ ਜਿਹਾ ਬਣਾ ਕੇ ਰੱਖ ਲਿਆ ਕਿ ਵੀ ਸਰਕਾਰ ਨੂੰ ਇੱਕ ਚਿੱਠੀ ਲਿਖਤੀ ਕਿ ਜੀ ਇਹ ਵਿਕਿਆ। ਉਦੋਂ ਫਿਰ ਸਾਲ ਦੋ ਸਾਲ ਫਿਰ ਕੋਈ ਖਬਰ ਨਹੀਂ ਆਈ। ਦੂਸਰਾ, ਮੀਡੀਆ ਉਦੋਂ ਬਹੁਤ ਜ਼ਿਆਦਾ ਸਟਰੋਂਗ ਨਹੀਂ ਸੀਗਾ, ਜੋ ਆਉਣ ਵਾਲੇ 10 ਸਾਲ ਦੇ ਵਿੱਚ ਇੰਡੀਆ 'ਚ ਰੈਵੋਲਿਊਸ਼ਨ ਆ ਗਈ।
ਸੋਸ਼ਲ ਮੀਡੀਆ ਸਟਰੋਂਗ ਨਹੀਂ ਸੀਗਾ, ਬਿਲਕੁਲ ਆਕਸ਼ਨਾਂ ਪਹਿਲਾਂ ਵੀ ਹੁੰਦੀਆਂ ਹੋਣੀਆਂ ਲੇਕਿਨ ਉਹਦੇ ਬਾਰੇ ਸਾਨੂੰ ਜਾਣਕਾਰੀ ਨਹੀਂ ਸੀ। 2005 ਤੋਂ ਫਿਰ ਮੈਂ ਉਹਦੀ ਆਕਸ਼ਨ ਨੂੰ ਟਰੈਕ ਕਰਨਾ ਸ਼ੁਰੂ ਕਰਤਾ। 2010 ਦੇ ਵਿੱਚ ਜਾ ਕੇ ਅਸੀਂ ਇਹਦੇ ਉੱਤੇ ਇੱਕ PILB ਫਾਈਲ ਕੀਤੀ ਹਾਈ ਕੋਰਟ ਦੇ ਵਿੱਚ, ਜਿਹਦੇ 'ਚ ਅਸੀਂ ਇਹ ਕਿਹਾ ਕਿ ਵੀ ਹਿੰਦੁਸਤਾਨ ਦੇ ਅੰਦਰ ਜਿਹੜਾ ਸ਼ਹਿਰ ਚੰਡੀਗੜ੍ਹ ਹੈ, ਇਹਦੇ ਕੋਲ ਬਹੁਤ ਸਾਰਾ ਹੈਰੀਟੇਜ ਹੈ, ਇਹਨੂੰ ਸਰਕਾਰ ਨੂੰ ਇੰਸਟਰਕਸ਼ਨਾਂ ਦਿੱਤੀਆਂ ਜਾਣ ਕਿ ਇਹ ਫਰਨੀਚਰ ਨੂੰ ਸੰਭਾਲਿਆ ਜਾਏ, ਔਰ ਜੇਕਰ ਇਹਨੂੰ ਨਹੀਂ ਸੰਭਾਲਣਾ ਚਾਹੁੰਦੇ ਤਾਂ ਸਾਨੂੰ ਗਲੋਬਲ ਆਕਸ਼ਨ ਕਰਨ ਦੀ ਪਰਮਿਸ਼ਨ ਦਿੱਤੀ ਜਾ ਕੇ ਤਾਂ ਕਿ ਅਸੀਂ ਫੋਰਨ ਕਰੰਸੀ ਕਮਾ ਸਕੀਏ, ਰੈਵਨਿਊ ਜਨਰੇਟ ਕੀਤਾ ਜਾ ਸਕੇ। ਬਿਲਕੁਲ, ਔਰ ਚੰਡੀਗੜ੍ਹ ਦੇ ਵਿੱਚ ਜੇ ਕੋਈ ਟੈਕਸ ਲੱਗ ਰਿਹਾ, ਕਿਸੇ ਦਾ ਰੋਟੀ ਦਾ ਰੇਟ ਵੱਧ ਰਿਹਾ, ਟੈਕਸਾਂ ਦੇ ਰੇਟ ਵੱਧ ਰਹੇ ਨੇ, ਉਹਨਾਂ ਨੂੰ ਅਸੀਂ ਘਟਾ ਸਕੀਏ। ਸੋ ਸਿੱਧਾ ਸਿੱਧਾ ਸੰਬੰਧ ਇਹਦਾ ਆਮ ਜਨਤਾ ਦੇ ਵੈਲਫੇਅਰ ਦੇ ਨਾਲ ਕਨੈਕਟਡ ਸੀਗਾ। ਸਰਕਾਰ ਕੋਈ ਵੀ ਹੈ, ਜੇ ਉਹਦੇ ਕੋਲ ਪੈਸਾ ਹੈ, ਜੇ ਉਹਦੀ GDP ਠੀਕ ਹੈ, ਜੇ ਉਹਦੀ ਇਕੋਨਮੀ ਠੀਕ ਹੈ, ਉਹਦੇ ਟੈਕਸ ਕੱਟਣੇ, ਲੋਕਾਂ ਨੂੰ ਸਹੂਲੀਅਤ ਜ਼ਿਆਦਾ, ਸੋ ਇਟ ਇਜ਼ ਡਾਇਰੈਕਟਲੀ ਕਨੈਕਟਡ ਵਿਦ ਦੈਟ। ਜੀ, ਤੁਸੀਂ ਸਰ ਮੈਨੂਅਲ ਕਵਰਸ ਦੀ ਗੱਲ ਕੀਤੀ ਹੈ ਨਾ, ਅਤੇ ਵਿੱਚ ਦੀ ਇਹ ਵੀ ਖਬਰ ਆਈ ਸੀ ਵੀ ਮੈਨੂਅਲ ਕਵਰਸ 'ਤੇ GPS ਟਰੈਕਰਸ ਲਾ ਦਾਂਗੇ ਤਾਂ ਕਿ ਉਹ ਬਾਹਰ ਉਹਨਾਂ ਦੀ ਮੂਵਮੈਂਟ ਦਾ ਪਤਾ ਲੱਗੇ, ਅਤੇ ਉਸ ਚੀਜ਼ 'ਤੇ ਕੁਛ ਨਹੀਂ ਹੋ ਪਾਇਆ। ਉਹਦੇ ਉੱਤੇ ਇਸ ਤਰ੍ਹਾਂ ਹੈ ਕਿ ਜਿਹੜਾ ਮੈਂ ਥੋੜ੍ਹਾ ਸਟੈਪ ਬਾਈ ਸਟੈਪ ਕਰ ਰਿਹਾ ਸੀਗਾ ਕਿ ਉਹ ਸਟੈਪ ਆਲਰੇਡੀ ਔਨ ਨੇ, ਜਦੋਂ ਮੈਨਹੋਲ ਤੋਂ ਬਾਅਦ ਫਰਨੀਚਰ ਵਿਕਣ ਲੱਗੇ, ਇਹ 10 ਸਾਲਾਂ ਦੇ ਵਿੱਚ ਕੋਈ ਅੰਦਾਜ਼ਾ ਹੈ, ਮੋਰ ਦੈਨ 30 ਕਰੋੜਸ ਆਲਰੇਡੀ ਸੋਲਡ ਆਫ ਹੈ। ਵੀ ਆਈ ਹੈਵ ਦਾ ਡਿਟੇਲ ਆਕਸ਼ਨਸ ਦੀ, ਔਰ ਉਹਨਾਂ ਜਿਹੜੀਆਂ ਆਕਸ਼ਨਾਂ ਤੋਂ ਬਾਅਦ ਫਿਰ ਥੋੜ੍ਹੀ ਜਿਹੀ ਅਵੇਅਰਨੈਸ ਹੋਰ ਵੱਧ ਗਈ। ਚੰਡੀਗੜ੍ਹ ਪ੍ਰਸ਼ਾਸਨ ਨੇ ਇੱਕ ਹੈਰੀਟੇਜ ਆਈਟਮ ਪ੍ਰੋਟੈਕਸ਼ਨ ਸੈੱਲ HIPC ਜਨਰੇਟ ਕਰਤਾ। HIPC ਜਨਰੇਟ ਕਰਨ ਤੋਂ ਬਾਅਦ ਉਹਦੀਆਂ ਲਗਾਤਾਰ ਮੀਟਿੰਗਾਂ ਆਉਣ ਲੱਗ ਗਈਆਂ, ਜਿਹਦੇ ਵਿੱਚ ਮੈਨੂੰ ਸਰਕਾਰ ਨੇ ਮੈਂਬਰ ਰੱਖਿਆ ਹੋਇਆ, ਮੈਂ ਜੋ ਜੋ ਐਕਟੀਵਿਟੀਜ਼ ਹੁੰਦੀਆਂ ਨੇ, ਆਪਸ਼ਨਸ ਹੁੰਦੀਆਂ ਨੇ, ਉਹਦੇ ਬਾਰੇ ਜਾਣਕਾਰੀ ਦੇ ਕੇ ਜ਼ਿਆਦਾ ਸੰਜੀਦਗੀ ਲਈ ਅਸੀਂ ਇਹਦੇ 'ਚ ਕਦਮ ਉਠਾ ਰਹੇ ਹਾਂ। ਸੋ ਇਹ ਲੜੀਵਾਰ ਮੀਟਿੰਗਾਂ ਤੋਂ ਬਾਅਦ ਇਹ ਆਇਆ ਕਿ ਜੀ ਜਿਹੜੇ ਮੈਨਹੋਲ ਨੇ ਇਹਦੇ ਵਿੱਚ ਅਗਰ ਅਸੀਂ ਟੈਕਨੋਲੋਜੀ ਲਈਏ, ਲੇਟੈਸਟ GPS ਟਰੈਕਰ ਲਗਾ ਦਈਏ, ਤਾਂ ਕੋਈ ਆਦਮੀ ਜੇ ਇਹਨੂੰ ਰਿਮੂਵ ਕਰਕੇ ਲਿਜਾਏਗਾ ਦੈਨ ਇਟ ਕੈਨ ਬੀ ਟਰੈਕਟ। ਇਹ ਵਨ ਆਫ ਦੀ ਪ੍ਰਪੋਜ਼ਲਸ ਹੈ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚੋਂ ਵੀ ਇੱਕ ਦੋ ਜਿਹੜੇ ਕੈਨੇਡੀਅਨ ਨੇ ਉਹ ਆਏ ਸੀਗੇ ਇੱਥੇ, ਉਹਨਾਂ ਨੇ ਸਾਨੂੰ ਕਿਹਾ ਕਿ ਜੀ ਅਸੀਂ ਇਹਦੀ ਮੁਰੰਮਤ ਕਰ ਸਕਦੇ ਹਾਂ, ਇਹਨੂੰ ਠੀਕ ਠਾਕ ਕਰ ਸਕਦੇ ਹਾਂ, ਔਰ ਅਸੀਂ ਇਹਦੇ ਵਿੱਚ ਇੱਦਾਂ ਦੇ ਕੰਪੋਨੈਂਟ ਲਾ ਸਕਦੇ ਹਾਂ ਵੀ ਅਗਰ ਇਹਨੂੰ ਕੋਈ ਬੰਦਾ ਲੈ ਕੇ ਜਾਏਗਾ ਤਾਂ ਇਹਨੂੰ ਅਸੀਂ ਟਰੈਕ ਕਰ ਸਕਦੇ ਹਾਂ, RFID ਚਿਪਸ ਕਹਿੰਦੇ ਹਾਂ ਉਹਨੂੰ ਅਸੀਂ। ਲੇਕਿਨ ਕਿਉਂਕਿ ਉਹ ਫੋਰਨਰ ਇਨਵੋਲਵ ਸੀਗੇ, ਉਹਨਾਂ ਦੀ ਇਨਵੋਲਵਮੈਂਟ ਦੇ ਉੱਤੇ ਸਰਟਨ ਕੰਟਰੋਲ ਹੈ, ਤੋ ਇਸ ਕਰਕੇ ਅਸੀਂ ਪ੍ਰਪੋਜ਼ਲ ਸਰਕਾਰ ਨੂੰ ਭੇਜਤੀ ਸੀਗੀ। ਲੇਕਿਨ ਇਹ ਪ੍ਰਪੋਜ਼ਲ ਸਾਡੇ ਹਲੇ ਵੀ ਮਾਈਂਡ 'ਚ ਹੈ, ਪੈਂਡਿੰਗ, ਔਰ ਅਸੀਂ ਇਹਦੇ ਉੱਤੇ ਵਰਕ ਕਰ ਰਹੇ ਹਾਂ ਵੀ ਕਿਸੇ ਨਾ ਕਿਸੇ ਤਰ੍ਹਾਂ ਟੈਕਨੋਲੋਜੀ ਦੇ ਨਾਲ ਇਹਨੂੰ ਬਚਾ ਲਿਆ ਜਾਵੇ। ਜੀ ਸਰ, ਹੈਰੀਟੇਜ ਫਰਨੀਚਰ ਹੈ ਨਾ, ਗੱਲ ਕਰਦੇ ਹਾਂ ਵੀ ਆਪਾਂ ਕਹਿੰਦੇ ਹਾਂ ਵੀ ਕੋਈ ਵੀ ਜਗ੍ਹਾ, ਕੋਈ ਵੀ ਸ਼ਹਿਰ ਹੈ ਨਾ, ਉਹਦਾ ਹੈਰੀਟੇਜ ਫਰਨੀਚਰ ਹੈ ਜਿਹੜੀ ਕਿ ਫਿਊਚਰ ਜਨਰੇਸ਼ਨਸ ਆ ਕੇ ਦੇਖਣਗੀਆਂ ਵੀ ਇਸ ਚੀਜ਼ ਤੋਂ ਜਾਣਿਆ ਜਾਂਦਾ ਇਹ ਸ਼ਹਿਰ, ਅਤੇ ਅਗਰ ਉਹੀ ਚੀਜ਼ ਖਤਮ ਹੋ ਜਾਂਦੀ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਕੰਸਰਨ ਹੈ। ਮੈਨੂੰ ਲੱਗਦਾ ਕਿ ਚੰਡੀਗੜ੍ਹ ਦੇ ਕੋਲ ਤਾਂ ਸਿਰਫ ਆਪਦਾ ਇੱਕ ਮਾਡਰਨ ਆਰਕੀਟੈਕਚਰ ਹੀ ਹੈ ਜਿਹੜਾ ਕਿ ਇਸ ਨੂੰ ਡਿਫਾਈਨ ਕਰਦਾ ਚੰਡੀਗੜ੍ਹ ਨੂੰ, ਅਤੇ ਹੁਣ ਅਗਰ ਜੋ ਆਪਾਂ ਦੇਖਦੇ ਹਾਂ ਵੀ 10 ਸਾਲਾਂ ਤੋਂ ਮੈਨੂੰ ਲੱਗਦਾ ਇਹ ਚੀਜ਼ ਚੱਲ ਰਹੀ ਹੈ, ਇੱਕ ਡੈਕੇਡ ਤੋਂ ਚੱਲ ਰਹੀ ਹੈ ਵੀ ਆਕਸ਼ਨ ਹੋ ਰਹੀ ਹੈ, ਹਰ ਦੂਜੇ ਦਿਨ ਆਪਾਂ ਨੂੰ ਇਹ ਖਬਰ ਹੋ ਜਾਂਦੀ ਕਦੇ ਨਿਊਜ਼ੀਲੈਂਡ 'ਚ ਹੋ ਰਿਹਾ ਆਕਸ਼ਨ, ਕੁਝ ਕਰੋੜਾਂ ਦੇ ਵਿੱਚ ਆਕਸ਼ਨ ਹੋ ਰਹੀ ਹੈ, ਕਦੇ ਲੰਡਨ 'ਚ ਹੋ ਰਹੀ ਹੈ, ਹੁਣ ਰੀਸੈਂਟਲੀ ਖਬਰ ਆਈ ਸੀ ਵੀ 8 ਲੱਖ ਦਾ ਕੁਛ ਆਕਸ਼ਨ ਹੋਇਆ ਨਿਊਜ਼ੀਲੈਂਡ ਦੇ ਵਿੱਚ, ਅਤੇ ਕੀ ਕਹੋਗੇ ਤੁਸੀਂ ਇਸ ਬਾਰੇ ਵੀ? ਇਹਦੇ 'ਚ ਇਸ ਤਰ੍ਹਾਂ ਕਿ ਪਹਿਲੀ ਗੱਲ ਤਾਂ ਮੈਂ ਕਰੈਕਸ਼ਨ ਕਰ ਦਿਆਂ ਤੁਹਾਡੀ, ਇਹਨੂੰ 1 ਡਿਕੇਡ ਨਹੀਂ, ਇਹਨੂੰ 2 ਡਿਕੇਡ ਹੋ ਗਏ। ਓਕੇ, 2005 ਦੇ ਵਿੱਚ ਤਾਂ ਇੱਕ ਮੈਨਹੋਲ ਸਾਨੂੰ ਪਤਾ ਚੱਲਿਆ, ਉਸ ਤੋਂ ਪਹਿਲੇ ਕਿੰਨੀਆਂ ਆਕਸ਼ਨਾਂ ਹੋਈਆਂ ਉਹ ਪਤਾ ਨਹੀਂ, ਲੇਕਿਨ 2005 ਦਾ ਮਤਲਬ ਹੈ ਹੁਣ 2019 ਜਾਂ 15 ਸਾਲ ਤਾਂ ਤਕਰੀਬਨ ਇਹੀ ਹੋ ਗਏ, 5-4 ਸਾਲ ਪਹਿਲੇ ਤੋਂ ਇਹ ਚੱਲ ਰਿਹਾ ਕੰਮ, ਤਾਂ 2 ਡਿਕੇਡ ਹੋ ਗਏ। ਨੰਬਰ 2, ਪਹਿਲੇ ਸਿਰਫ ਸ਼ੁਰੂ ਹੋਇਆ UK ਦੇ ਵਿੱਚ, ਉੱਥੇ ਇੱਕ ਆਕਸ਼ਨ ਹਾਊਸ ਸੀ ਜਿਹਦਾ ਆਪਾਂ ਨਾਂ ਲੈਣ ਤੋਂ ਪਰਹੇਜ਼ ਕਰਾਂਗੇ ਕਿਉਂਕਿ ਕੋਈ ਵੀ ਵੇਚ ਸਕਦਾ। UK ਤੋਂ ਬਾਅਦ ਇਹ ਫਿਰ USA 'ਚ ਸਪਰੈਡ ਹੋਇਆ, USA 'ਚ ਸਪਰੈਡ ਹੋਣ ਤੋਂ ਬਾਅਦ ਫਿਰ ਇਹ ਯੂਰਪ 'ਚ ਆ ਗਿਆ, ਕਿਉਂਕਿ ਜਿਹੜੇ ਮੌਨ ਲੀ ਕਾਬੂਜ਼ੀਅਰ ਅਤੇ ਪੇਰੇ ਜੌਨਰੇ ਸੀ ਉਹ ਓਰੀਜਨ ਉਹਨਾਂ ਦਾ ਫਰਾਂਸ ਦਾ ਸੀ। ਸੋ ਫਰਾਂਸ ਤੋਂ ਇਹ ਪੈਰਿਸ ਦੇ ਵਿੱਚ ਆਕਸ਼ਨ ਸ਼ੁਰੂ ਹੋ ਗਈਆਂ, ਪੈਰਿਸ ਦੇ ਵਿੱਚ ਐਕਸ਼ਨ ਸ਼ੁਰੂ ਹੋਣ ਤੋਂ ਬਾਅਦ ਇਹ ਜਰਮਨੀ ਚਲਾ ਗਿਆ, ਜਰਮਨੀ ਦੇ ਵਿੱਚ ਆਕਸ਼ਨ ਸ਼ੁਰੂ ਹੋਈਆਂ, ਲਾਸਟ ਇਹਦੇ ਵਿੱਚ ਇਜ਼ਰਾਈਲ ਦੇ ਵਿੱਚ ਇੱਕ ਜਗ੍ਹਾ ਹੈ ਜਿਸਦਾ ਨਾਮ ਹੈ ਤੇਲ ਅਵੀਵ, ਉਹਦੇ ਵਿੱਚ ਚੰਡੀਗੜ੍ਹ ਦੀ ਆਕਸ਼ਨ ਹੋਈ, ਅਤੇ ਉਹਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਮਿਲਦਾ ਜੁਲਦਾ ਇੱਕ ਟੇਬਲ ਜਿਹਨੂੰ ਲਾਇਬ੍ਰੇਰੀ ਟੇਬਲ ਕਹਿੰਦੇ ਆ, ਉਹ 1,92,00,000 ਦਾ ਵਿਕਿਆ। ਬਿਲਕੁਲ, ਜਦੋਂ ਅਸੀਂ ਉਹ ਨੋਟਿਸ ਕੀਤਾ ਤਾਂ ਅਸੀਂ ਸਰਕਾਰ ਨੂੰ ਲਿਖਿਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੱਜ ਕੱਲ੍ਹ ਇੱਕ ਹੜਤਾਲ ਚੱਲ ਰਹੀ ਹੈ ਕਿ ਸਟੂਡੈਂਟਸ ਦੀ ਡਾਇਟ ਦਾ ਰੇਟ ਵੱਧ ਗਿਆ, ਉਹ ਸ਼ਾਇਦ 2.5 ਰੁਪਈਏ ਪਰ ਡਾਇਟ ਮਹਿੰਗਾ ਹੋ ਗਿਆ ਸੀਗਾ।
ਅਸੀਂ ਉਹਨਾਂ ਨੂੰ ਕਿਹਾ ਕਿ ਅਗਰ ਅਸੀਂ ਇੱਕ ਟੇਬਲ ਨੂੰ ਇੰਟਰਨੈਸ਼ਨਲ ਆਕਸ਼ਨ ਕਰਕੇ 2 ਕਰੋੜ ਕਮਾਈਏ ਤਾਂ ਕਈ ਸਾਲ ਸਾਨੂੰ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਦੀ ਡਾਇਟ ਦੇ ਪੈਸੇ ਵਧਾਉਣ ਦੀ ਲੋੜ ਨਹੀਂ ਹੈ ਜੀ। ਬਿਲਕੁਲ। ਹੁਣ ਵਿਰਸਾ ਅਗਰ ਤੁਸੀਂ ਯੂਨਾਈਟਿਡ ਨੇਸ਼ਨ ਜਿਹੜਾ ਹੈ ਉਹ ਇਹਦੇ ਬਾਰੇ ਬਹੁਤ ਜ਼ਿਆਦਾ ਸਜਗ ਹੈ ਔਰ ਉਹਨਾਂ ਨੇ ਇਹਦੇ ਉੱਤੇ ਬਕਾਇਦਾ ਇੱਕ ਵਰਲਡ ਹੈਰੀਟੇਜ ਯੂਨਿਟ ਬਣਾਇਆ ਹੋਇਆ ਜਿਹੜਾ ਹਿੰਦੁਸਤਾਨ ਕੀ ਦੁਨੀਆ ਦੀ ਹੈਰੀਟੇਜ ਨੂੰ ਆਈਡੈਂਟੀਫਾਈ ਕਰਦਾ ਅਤੇ ਉਹਨਾਂ ਨੇ ਇਹਦੇ ਉੱਤੇ ਕਈ ਕਾਨਫਰੰਸ ਕੀਤੀਆਂ ਨੇ ਜਿਹਦਾ ਇੱਕ ਨਾਮ ਹੈਗਾ ਹਾਊ ਟੂ ਸਟੋਪ ਦੀ ਕਲਚਰਲ ਟ੍ਰੈਫਿਕਿੰਗ। ਕਲਚਰਲ ਟ੍ਰੈਫਿਕਿੰਗ ਦਾ ਮਤਲਬ ਜਿਵੇਂ ਇਨਸਾਨਾਂ ਦੀ ਸਮਗਲਿੰਗ ਹੁੰਦੀ ਹੈ ਉਸੇ ਤਰ੍ਹਾਂ ਫਰਨੀਚਰ ਦੀ ਸਮਗਲਿੰਗ ਹੁੰਦੀ ਹੈ, ਇਹਨੂੰ ਅਸੀਂ ਕਿੱਦਾਂ ਰੋਕ ਲਗਾਈ ਜਾਵੇ। ਹਿਊਮਨ ਟ੍ਰੈਫਿਕਿੰਗ ਦੇ ਇਲਾਵਾ ਕਲਚਰਲ ਟ੍ਰੈਫਿਕਿੰਗ ਹੈ। ਉਹ ਜਿਹੜਾ ਹੈਗਾ ਇਸ ਵੇਲੇ ਵਿਦੇਸ਼ ਦੇ ਵਿੱਚ ਵੀ ਜਾਣਕਾਰੀ ਹੋ ਗਈ ਹੈ ਔਰ ਅਸੀਂ ਵੀ ਉਹਨੂੰ CBI ਰੈਵਨਿਊ ਇੰਟੈਲੀਜੈਂਸ, ਗਵਰਨਮੈਂਟ ਆਫ ਇੰਡੀਆ ਦੇ ਅੰਦਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ, ਮਿਨਿਸਟਰੀ ਆਫ ਹੋਮ, ਇਹਨਾਂ ਸਾਰਿਆਂ ਨੂੰ ਸਜਗ ਕਰ ਦਿੱਤਾ ਕਿ ਆਹ ਸਾਡਾ ਸਮਾਨ ਡੇਲੀ ਵਿਕ ਰਿਹਾ ਔਰ ਇਹਦੇ ਵਿੱਚ ਅਸੀਂ ਸਾਨੂੰ ਰੈਗੂਲਰ ਫਾਈਨੈਂਸ਼ੀਅਲ ਲੋਸ ਹੋ ਰਿਹਾ। ਬਿਲਕੁਲ। ਦੂਜਾ ਜਿਹੜਾ ਕੋਨਸਟੀਟਿਊਸ਼ਨ ਆਫ ਇੰਡੀਆ ਹੈ, ਸੰਵਿਧਾਨ ਦੀ ਕਿਤਾਬ ਜਿਹੜੀ ਹੈ, ਉਹਦੇ ਅੰਦਰ ਆਰਟੀਕਲ 51 ਦੇ ਵਿੱਚ ਸਰਕਾਰ ਦੀ ਇਹ ਡਿਊਟੀ ਹੈ ਕਿ ਉਹ ਆਪਣੇ ਹੈਰੀਟੇਜ ਨੂੰ ਬਚਾ ਕੇ ਰੱਖੇ ਔਰ ਕਿਸੇ ਵੀ ਹਾਲਤ 'ਚ ਉਹਨੂੰ ਬੰਦ ਕਰੇ। ਇਸ ਮੁਤਲਕ ਅਸੀਂ ਫਿਰ ਗ੍ਰਹਿ ਮੰਤਰਾਲੇ ਨੂੰ ਜਦੋਂ ਲਿਖਿਆ ਕਈ ਸਾਲ ਪਹਿਲਾਂ ਤਾਂ ਗ੍ਰਹਿ ਮੰਤਰਾਲੇ ਨੇ ਆਪਣੇ ਵੱਲੋਂ 22 ਫਰਵਰੀ 2011 ਨੂੰ ਇੱਕ ਆਰਡਰ ਪਾਸ ਕਰਤਾ, ਉਹਦੇ 'ਚ ਉਹਨਾਂ ਨੇ ਲਿਖਿਆ ਕਿ ਜਿਹੜਾ ਸਮਾਨ ਮੌਨ ਲੀ ਕਾਬੂਜ਼ੀਅਰ ਅਤੇ ਪਿਰੇ ਜੌਨਰੇ ਦਾ ਬਣਾਇਆ ਹੋਇਆ ਹੈ ਉਹ ਨਾ ਤਾਂ ਕੋਈ ਵੇਚ ਸਕਦਾ ਅਤੇ ਨਾ ਹੀ ਹਿੰਦੁਸਤਾਨ 'ਚੋਂ ਐਕਸਪੋਰਟ ਹੋ ਸਕਦਾ। ਬਿਲਕੁਲ ਸਰ। ਇੱਕ ਸਵਾਲ ਇੱਥੇ ਹੋਰ ਜਿਹੜਾ ਖੜਾ ਹੁੰਦਾ ਉਹ ਇਹ ਕਿ ਜੇ ਸਾਨੂੰ ਪਤਾ ਹੀ ਨਹੀਂ ਵੀ ਸਾਡਾ ਇਹ ਹੈਰੀਟੇਜ ਦਾ ਫਰਨੀਚਰ ਪਿਆ, ਹੁਣ ਜਿਵੇਂ ਮੈਂ ਵੀ GCG ਕਾਲਜ ਤੋਂ ਪੜ੍ਹੀ ਹਾਂ ਨਾ, ਮੈਂ ਦੇਖਦੀ ਰਹਿੰਦੀ ਸੀ ਵੀ ਸਕ੍ਰੈਪ 'ਚ ਫਰਨੀਚਰ ਪਿਆ ਹੋਇਆ ਹੈ ਜਾਂ ਪੰਜਾਬ ਯੂਨੀਵਰਸਿਟੀ ਦੇ ਵੀ ਲਾਇਬ੍ਰੇਰੀ ਦੀ ਚੇਅਰਸ ਨੇ ਉਹ ਇੱਦਾਂ ਹੀ ਸਕ੍ਰੈਪ 'ਚ ਪਈਆਂ ਹੋਈਆਂ ਨੇ, ਉੱਥੋਂ ਚੱਕ ਕੇ ਜਿੱਦਾਂ ਮਰਜ਼ੀ ਬਾਹਰ ਜਾ ਰਹੀਆਂ। ਜੇ ਸਾਡੇ ਕੋਲ ਇਨਵੈਂਟਰੀ ਦਾ ਉਹ ਸਟੋਕ ਦਾ ਇੱਕ ਪ੍ਰੋਪਰ ਆਪਾਂ ਕਹਿੰਦੇ ਹਾਂ ਕਿ ਸਾਡੇ ਕੋਲ ਰਿਕਾਰਡ ਨਹੀਂ ਹੋਏਗਾ, ਉਦੋਂ ਤੱਕ ਆਪਾਂ ਕਿਵੇਂ ਰੋਕ ਲਾਂਗੇ ਉਸ ਚੀਜ਼ ਨੂੰ? ਇਸ ਤਰ੍ਹਾਂ ਇਹਦੇ ਬਾਰੇ ਵੀ ਗ੍ਰਹਿ ਮੰਤਰਾਲੇ ਨੇ 2011 'ਚ ਹੀ ਲਿਖਤਾ ਸੀ ਕਿ ਸਾਰੀਆਂ ਆਈਟਮਾਂ ਦੀ ਇੱਕ ਇਨਵੈਂਟਰੀ ਕ੍ਰੀਏਟ ਕਰ ਲਿੱਤੀ ਜਾਏ ਔਰ ਲੋਕ ਜਿਹੜੇ ਨੇ ਉਹਦੀ ਇਨਵੈਂਟਰੀ ਬਣਾ ਰਹੇ ਨੇ, ਲੇਕਿਨ ਹਾਲੇ ਅਸੀਂ ਪੂਰੇ ਉਹਦੇ 'ਚ ਸਕਸੈਸਫੁਲ ਨਹੀਂ ਹੋ ਪਾਏ, ਬਟ ਪ੍ਰੋਸੈਸ ਔਨ ਹੈ ਇਨਵੈਂਟਰੀ ਦਾ। ਇਹ ਕਦੀ ਵੀ ਕੰਪਲੀਟ ਹੋ ਸਕਦਾ, 6 ਮਹੀਨੇ ਲੱਗੇ, ਸਾਲ ਲੱਗੇ, ਲੇਕਿਨ ਅਸੀਂ ਜਿਹੜੀਆਂ ਹੈਰੀਟੇਜ ਦੀਆਂ ਆਈਟਮਾਂ ਨੇ ਉਹ ਆਈਡੈਂਟੀਫਾਈ ਕਰ ਲਈਆਂ, ਉਹਦੀਆਂ ਪਿਕਚਰਸ ਬਣਾ ਕੇ ਉਹਦਾ ਕੈਟਲੋਗ ਬਣਾ ਲਿਆ। ਓਕੇ। ਕੈਟਲੋਗ ਬਣਾ ਕੇ ਅਸੀਂ ਉਹ ਕੈਟਲੋਗ ਭਾਰਤ ਸਰਕਾਰ ਨੂੰ ਵੀ ਦੇਤਾ, ਚੰਡੀਗੜ੍ਹ ਪ੍ਰਸ਼ਾਸਨ ਕੋਲ ਵੀ ਹੈਗਾ। ਸੋ ਇਸ ਦੇ 'ਚ ਕੰਮ ਚੱਲ ਰਿਹਾ, ਲੇਕਿਨ ਇਸ ਗੱਲ ਤੋਂ ਮੈਂ ਸਹਿਮਤ ਹਾਂ ਕਿ ਜਿਹੜਾ ਕੰਮ ਹੈ ਉਹਦੀ ਸਪੀਡ ਸਲੋ ਹੈ, ਮੀਨਵਾਈਲ ਸਾਡਾ ਸਮਾਨ ਵਿਕ ਰਿਹਾ ਹੈ ਔਰ ਹਾਲਾਤ ਇਹ ਨੇ ਕਿ ਚੰਡੀਗੜ੍ਹ ਪ੍ਰਸ਼ਾਸਨ ਤਾਂ ਇਹਨੂੰ ਬਹੁਤ ਜ਼ਿਆਦਾ ਸਪੋਰਟ ਕਰਦਾ ਕਿ ਇਹ ਸਮਾਨ ਨਾ ਵਿਕੇ। ਹੁਣ ਅਸੀਂ ਹਦਾਇਤਾਂ ਵੀ ਜਾਰੀ ਕਰਤੀਆਂ ਵੀ ਕੋਈ ਵੀ ਫਰਨੀਚਰ ਵੇਚਣਾ ਤਾਂ ਪਹਿਲਾਂ ਹੈਰੀਟੇਜ ਕਮੇਟੀ ਤੋਂ ਕਲੀਅਰੈਂਸ ਲਈ ਜਾਏਗੀ ਤਾਂ ਆਕਸ਼ਨ ਹੋਵੇਗਾ। ਪਹਿਲਾਂ ਹਾਂ ਮੈਂਬਰ ਸੀਗੇ, ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ, ਹੁਣ ਇਹ ਚੀਜ਼ਾਂ ਆ ਗਈਆਂ ਨੇ, ਤਾਂ ਇਸ ਕਰਕੇ ਹੈਰੀਟੇਜ ਦੀ ਸੇਲ ਪਰਚੇਸ ਦੇ ਉੱਤੇ ਵੀ ਰੋਕ ਲੱਗ ਗਈ ਹੈ ਔਰ ਅਸੀਂ ਇਹਨੂੰ ਚੈੱਕ ਕਰਨ 'ਚ ਵੀ ਕਾਮਯਾਬ ਹਾਂ ਕਿਉਂਕਿ ਕਸਟਮ ਦਿੱਲੀ ਦੇ ਅੰਦਰ ਇੱਕ ਸਮਾਨ ਖੇਪ ਫੜੀ ਉਹਨਾਂ ਨੇ ਜਿਹੜਾ ਮਟੀਰੀਅਲ ਬ੍ਰਾਜ਼ੀਲ ਜਾ ਰਿਹਾ ਸੀ, ਉਹਨਾਂ ਨੇ ਉਹਦੇ ਫਿਰ ਬਾਅਦ ਸਾਨੂੰ ਅਪਰੋਚ ਕੀਤਾ ਕਨਫਰਮੇਸ਼ਨ ਲਈ, ਫਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਤੁਰੰਤ ਐਕਸ਼ਨ ਕੀਤਾ, ਪੁਲਿਸ ਦੀਆਂ ਟੀਮਾਂ ਗਈਆਂ, FIR ਲੌਜ ਕੀਤੀ ਔਰ ਉਹਦਾ ਹੁਣ ਟ੍ਰਾਇਲ ਜਿਹੜਾ ਹੈਗਾ ਉਹ ਸ਼ੁਰੂ ਹੋਣ ਵਾਲਾ ਥੱਲੇ ਵਾਲੀ ਕਚਹਿਰੀ ਦੇ ਵਿੱਚ, ਕਿਉਂਕਿ ਅਸੀਂ 1-2 ਆਈਟਮਾਂ ਤਕਰੀਬਨ ਇਸਟੈਬਲਿਸ਼ ਕਰ ਲਈਆਂ ਵੀ ਇਹ ਕਿੰਨੀਆਂ ਹੈਗੀਆਂ ਨੇ, ਕਿਉਂਕਿ ਇਹਦੇ ਵਿੱਚ ਕਈ ਦੇਸ਼ ਇਨਵੋਲਵ ਹੋ ਜਾਂਦੇ ਨੇ, ਇਸ ਕਰਕੇ ਲੜਾਈ ਵੱਡੀ ਹੋਣ ਕਰਕੇ ਥੋੜ੍ਹਾ ਇਹਦਾ ਪ੍ਰੋਸੈਸ ਸਲੋ ਹੈਗਾ। ਕਿਉਂਕਿ ਜਿਵੇਂ ਤੁਸੀਂ ਗੱਲ ਕੀਤੀ ਕਿ ਅਗਰ ਆਕਸ਼ਨ ਲੀਗਲੀ ਕਰਨਾ ਹੀ ਹੈ ਤਾਂ ਕਿਉਂ ਨਾ ਅਸੀਂ ਉਸਨੂੰ ਇੱਕ ਲੀਗਲਾਈਜ਼ਡ ਮੈਨਰ ਨਾਲ ਕਰੀਏ ਤਾਂ ਕਿ ਅਸੀਂ ਉਹਨਾਂ ਤੋਂ ਰੈਵਨਿਊ ਜਨਰੇਟ ਕਰ ਸਕੀਏ? ਅਸੀਂ ਇਹਦੇ ਬਾਰੇ ਵੀ ਸੋਚ ਵਿਚਾਰ ਕੀਤੀ ਸੀ, ਲੇਕਿਨ ਜਦੋਂ ਅਸੀਂ 22 ਫਰਵਰੀ 2011 ਦਾ ਗ੍ਰਹਿ ਮੰਤਰਾਲੇ ਦਾ ਆਰਡਰ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਇਹਦੀ ਸੇਲ ਪਰਚੇਸ 'ਤੇ ਬੈਨ ਲੱਗਾ ਹੋਇਆ। ਓਕੇ। ਤਾਂ ਇਸ ਕਰਕੇ ਅਸੀਂ ਸੋਚਿਆ ਕਿ ਅਗਰ ਅਸੀਂ ਵੇਚਣ ਦੀ ਗੱਲ ਕਰਦੇ ਹਾਂ ਤਾਂ ਅਸੀਂ ਆਪ ਹੀ ਉਸ ਬੈਨ ਦੀ ਉਲੰਘਣਾ ਜਾਂ ਉਹਨੂੰ ਵਾਇਲੇਟ ਕਰਦੇ ਹਾਂ, ਤਾਂ ਇਸ ਕਰਕੇ ਅਸੀਂ ਉਸ ਸੋਚ ਨੂੰ ਛੱਡ ਦਿੱਤਾ। ਔਰ ਇਹ ਵੀ ਮੈਂ ਨਾਲ ਦੱਸ ਦੇਵਾਂ ਕਿ ਖਾਲੀ ਚੰਡੀਗੜ੍ਹ ਦੀ ਹੈ, ਪੰਜਾਬ ਔਰ ਹਰਿਆਣੇ ਕੋਲ ਕਰੋੜਾਂ ਰੁਪਏ ਦਾ ਫਰਨੀਚਰ ਪਿਆ ਜਿਹੜਾ ਕਈ ਬਿਲਡਿੰਗਾਂ ਦੇ ਵਿੱਚ ਮੈਂ ਆਪ ਵੇਖਿਆ ਔਰ ਜਾਣੂ ਹਾਂ ਜਿੱਥੇ ਉਹ ਫਰਨੀਚਰ ਬੁਰੀ ਹਾਲਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਸੁੱਟਿਆ ਪਿਆ। ਪਰ ਚਲੋ ਇਹ ਸਵਾਲ ਆਉਂਦਾ ਹੈ ਕਿ ਫਰਨੀਚਰ ਸਾਡੇ ਕੋਲ ਬਹੁਤ ਹੈ, ਤੁਸੀਂ ਕੰਜ਼ਰਵੇਸ਼ਨ ਕਮੇਟੀ ਦੇ, ਹੈਰੀਟੇਜ ਕੰਜ਼ਰਵੇਸ਼ਨ ਕਮੇਟੀ ਦੇ ਮੈਂਬਰ ਵੀ ਹੋ, ਹੈ ਨਾ, ਅਤੇ
ਤੁਸੀਂ ਕੀ ਤੁਹਾਨੂੰ ਕੀ ਲੱਗਦਾ ਵੀ ਕਿੱਦਾਂ ਆਪਾਂ ਕੰਜ਼ਰਵ ਕਰ ਸਕਦੇ ਹਾਂ ਜਿਹੜਾ ਸਕ੍ਰੈਪ ਫਰਨੀਚਰ ਇੰਨਾ ਬਲਕ 'ਚ ਆਪਣੇ ਕੋਲ ਫਰਨੀਚਰ ਪਿਆ, ਉਸਨੂੰ ਕਿੱਦਾਂ ਕੰਜ਼ਰਵ ਕੀਤਾ ਜਾ ਸਕਦਾ? ਅਸੀਂ ਇਹਦੇ ਬਾਰੇ ਹੁਣ ਲੇਟੈਸਟ ਪਿੱਛੇ ਇੱਕ ਫਰਾਂਸ ਦੇ ਅੰਬੈਸਡਰ ਇੱਥੇ ਆਏ ਹੋਏ ਸੀਗੇ, ਸਾਡੇ ਜਿਹੜੇ ਨਵੇਂ ਐਡਵਾਈਜ਼ਰ ਆਏ ਨੇ ਉਹਨੇ ਸ਼੍ਰੀ ਮਨੋਜ ਪਰੀਦਾ ਜੀ, ਅਸੀਂ ਉਹਨਾਂ ਨੂੰ ਸੈਂਸਟਾਈਜ਼ ਕੀਤਾ ਸੀ, ਉਹਨਾਂ ਨੇ ਮੈਟਰ ਨੂੰ ਬਹੁਤ ਗੰਭੀਰਤਾ ਨਾਲ ਲਿਆ ਔਰ ਉਹਨਾਂ ਨੇ ਫ੍ਰੈਂਚ ਅੰਬੈਸਡਰ ਨੂੰ ਵੀ, ਅਸੀਂ ਆਫੀਸ਼ੀਅਲੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਲਿਖਿਆ ਕਿ ਇਹਦੀ ਪ੍ਰਿਜ਼ਰਵੇਸ਼ਨ ਅਤੇ ਕੰਜ਼ਰਵੇਸ਼ਨ ਕਿੱਦਾਂ ਕੀਤੀ ਜਾਵੇ, ਇਹਨੂੰ ਸਾਨੂੰ ਸਪੋਰਟ ਕਰੋ, ਕਿਉਂਕਿ ਉਹਨਾਂ ਕੋਲ ਤਾਂ ਹੈਰੀਟੇਜ ਸਾਡੇ ਨਾਲੋਂ ਬਹੁਤ ਜ਼ਿਆਦਾ, UK 'ਚ ਬਹੁਤ ਜ਼ਿਆਦਾ, ਸਾਡੇ ਕੋਲ ਤਾਂ ਉਹਦੇ ਕੰਪੈਰੇਟਿਵਲੀ ਘੱਟ ਹੈ। ਜਿਹਦੇ 'ਚ ਮਸਲਨ ਮੈਂ ਇੱਕ ਤੁਹਾਨੂੰ ਇਗਜ਼ਾਮਪਲ ਦੇ ਦਿੰਦਾ, ਜਿਸ ਤਰ੍ਹਾਂ ਅਸੀਂ ਇੱਕ ਪ੍ਰਪੋਜ਼ਲ ਦਿੱਤੀ ਹੈ ਕਿ ਦੁਬਈ ਦੇ ਵਿੱਚ ਇੱਕ ਦੁਬਈ ਹੈਰੀਟੇਜ ਵਿਲੇਜ ਹੈ ਜਿੱਥੇ ਮੈਂ ਆਪ ਵਿਜ਼ਿਟ ਕਰਕੇ ਆਇਆ, ਔਰ ਮੈਂ ਦੇਖ ਕੇ ਆਇਆ ਕਿ ਉੱਥੇ ਬਹੁਤ ਪੁਰਾਣਾ ਸਮਾਨ, ਪੁਰਾਣੇ ਬਰਤਨ, ਪੁਰਾਣੀਆਂ ਬੋਰੀਆਂ ਪਈਆਂ ਨੇ, ਜਿੱਥੇ ਉਹ ਦਿਖਾਉਂਦੇ ਨੇ ਕਿ ਜਦੋਂ ਸ਼ੇਖ ਇੱਥੇ ਬਹਿੰਦਾ ਸੀ ਤਾਂ ਉਹਨੂੰ ਠੰਡੀ ਹਵਾ ਵਾਸਤੇ ਬੋਰੀ ਦੇ ਉੱਤੇ ਪਹਿਲੇ ਪਾਣੀ ਸੁੱਟਿਆ ਜਾਂਦਾ ਸੀ, ਮੁੜ ਕੇ ਕੱਪੜੇ ਦਾ ਪੱਖਾ ਝੱਲਿਆ ਜਾਂਦਾ ਸੀ। ਚਲੋ ਦੈਟ ਕਾਇੰਡ ਆਫ ਹੈ, ਔਰ ਉੱਥੇ ਲਾਈਨਾਂ ਲੱਗੀਆਂ ਨੇ, ਅੰਤਰਰਾਸ਼ਟਰੀ ਬਾਜ਼ਾਰ ਅਮੈਰੀਕਨਸ ਆ ਰਹੇ ਆ, ਯੂਰੋਪੀਅਨਸ ਆ ਰਹੇ ਨੇ। ਅਸੀਂ ਇੱਕ ਪ੍ਰਪੋਜ਼ਲ ਇਹ ਦਿੱਤੀ ਹੈ ਕਿ ਚੰਡੀਗੜ੍ਹ 'ਚ ਇੱਕ ਚੰਡੀਗੜ੍ਹ ਹੈਰੀਟੇਜ ਵਿਲੇਜ ਕ੍ਰੀਏਟ ਕਰਤਾ ਜਾਵੇ, ਜਗ੍ਹਾ ਦੇਖ ਕੇ ਉਹਦੇ ਵਿੱਚ ਜਿਹੜਾ ਸਾਰਾ ਸਮਾਨ ਹੈ ਉਹਨੂੰ ਪ੍ਰੋਪਰਲੀ ਡਿਸਪਲੇ ਕਰਕੇ ਇੱਕ ਵਰਲਡ ਹੈਰੀਟੇਜ ਦਾ ਉਹਨੂੰ ਟੂਰਿਜ਼ਮ ਸੈਂਟਰ ਬਣਾਤਾ ਜਾਵੇ, ਤਾਂ ਕਿ ਵਰਲਡ ਓਵਰ ਦੁਨੀਆ ਤੋਂ ਜਿਹੜੇ ਲੋਕ ਆਉਂਦੇ ਨੇ ਉਹ ਇੱਥੇ ਵਿਜ਼ਿਟ ਕਰਨ, ਉਹਦੇ ਉੱਤੇ ਕੁਤੁਬ ਮਿਨਾਰ ਦੀ ਤਰ੍ਹਾਂ ਜਾਂ ਹੋਰ ਥਾਵਾਂ ਦੀ ਤਰ੍ਹਾਂ ਜਾਂ ਜੋ ਯੂਰੋਪੀਅਨ ਕੰਟਰੀ 'ਚ ਹੈ ਅਸੀਂ ਉੱਥੇ ਟਿਕਟ ਲਾ ਦਈਏ ਚੰਡੀਗੜ੍ਹ, ਕਿਉਂਕਿ ਵਰਲਡ ਟੂਰਿਜ਼ਮ ਮੈਪ 'ਤੇ ਹੈਗਾ, ਜਿਹੜਾ ਆਦਮੀ ਆਏਗਾ ਉਹ ਚੰਡੀਗੜ੍ਹ ਦੇ ਹੈਰੀਟੇਜ ਨੂੰ ਦੇਖਣ ਲਈ ਚੰਡੀਗੜ੍ਹ ਹੈਰੀਟੇਜ ਵਿਲੇਜ ਜਾਏ, ਉੱਥੇ ਇਹਨਾਂ ਚੀਜ਼ਾਂ ਨੂੰ ਦੇਖੇ, ਕਿਉਂਕਿ ਆਰਕੀਟੈਕਚਰ ਨੂੰ ਤਾਂ ਅਸੀਂ ਦੇਖਦੇ ਹਾਂ, ਰੌਕ ਗਾਰਡਨ ਹੈ, ਸੁਖਨਾ ਲੇਕ ਹੈ, ਸੈਕਰੇਟੇਰੀਏਟ, ਇੰਨਾ ਸੋਹਣਾ ਮਿਊਜ਼ੀਅਮ ਹੈ ਸਾਡੇ ਕੋਲ, ਅਤੇ ਉੱਦਾਂ ਹੀ ਅਗਰ ਆਪਾਂ ਹੈਰੀਟੇਜ ਫਰਨੀਚਰ ਵੀ ਡਿਸਪਲੇ ਕਰ ਦਾਂਗੇ ਤਾਂ ਆਈ ਥਿੰਕ ਕਿ ਉਹ ਸਾਡੀ ਪ੍ਰਪੋਜ਼ਲ ਹੈ, ਉਹਨੂੰ ਕਿਸ ਤਰ੍ਹਾਂ ਕਰਨਾ, ਕਿੱਦਾਂ ਸ਼ੇਪ ਦੇਣੀ ਹੈ, ਇਹ ਪ੍ਰੋਸੈਸ ਔਨ ਹੈ, ਕਿਉਂਕਿ ਉਹਦੇ 'ਚ ਅਸੀਂ ਜਗ੍ਹਾ ਕਿਹੜੀ ਲੈਣੀ ਹੈ, ਬਿਕੋਜ਼ ਵੀ ਨੀਡ ਲੋਟ ਆਫ ਸਪੇਸ, ਤਾਂ ਉਹ ਜਗ੍ਹਾ ਸਾਨੂੰ ਮਿਲ ਜਾਏਗੀ ਤਾਂ ਅਸੀਂ ਉਹਦੇ ਡਿਸਪਲੇ ਕਰ ਦਿਆਂਗੇ। ਪਲੱਸ ਅਸੀਂ ਫ੍ਰੈਂਚ ਗਵਰਨਮੈਂਟ ਨੂੰ ਲਿਖਿਆ ਕਿ ਇਹਨੂੰ ਜਿਹੜੀ ਕੁਰਸੀ ਬ੍ਰੋਕਨ ਹੈ ਉਹਨੂੰ ਕਿੱਦਾਂ ਮੇਨਟੇਨ ਕਰ ਸਕਦੇ ਹਾਂ, ਕਿਉਂਕਿ ਉਹਦੇ 'ਚ ਲੋਹੇ ਦੀਆਂ ਕਿੱਲਾਂ ਨਹੀਂ ਲੱਗੀਆਂ ਹੋਈਆਂ, ਉਹਦੇ 'ਚ ਵੁਡਨ ਜੁਆਇੰਟਸ ਜੁਆਇਨਰੀ ਹੈ, ਸੋ ਯੂ ਕੈਨ ਆਈਡੈਂਟੀਫਾਈ। ਲੇਕਿਨ ਇਹਨੂੰ ਅਸੀਂ ਸਪੀਡ ਇਸ ਕਰਕੇ ਕਰ ਰਹੇ ਹਾਂ ਕਿ ਅਗਰ 20-25-30 ਸਾਲ ਤੱਕ ਇਹਦੇ ਬਾਰੇ ਕੁਛ ਨਾ ਕੀਤਾ ਗਿਆ ਤਾਂ 30 ਸਾਲ ਬਾਅਦ ਇਹੋ ਜਿਹੇ ਲੋਕ ਹੀ ਨਹੀਂ ਰਹਿਣੇ ਜਿਨ੍ਹਾਂ ਨੂੰ ਇਹਦੇ ਬਾਰੇ ਕੋਈ ਬਹੁਤੀ ਜਾਣਕਾਰੀ ਜਾਂ ਪ੍ਰਿਜ਼ਰਵੇਸ਼ਨ ਦਾ ਲਿੰਕ ਹੋਏਗਾ। ਫੋਰ ਐਗਜ਼ਾਮਪਲ ਮੈਂ ਹਾਂ, ਮੈਂ ਹੋਰ 5-7 ਸਾਲ ਆਈ ਕੈਨ ਯੂ ਨੋ ਰੇਜ਼ ਮਾਈ ਵੋਇਸ, ਰੌਲਾ ਪਾ ਸਕਦਾ, ਪਰ 10 ਸਾਲ ਬਾਅਦ ਮੇਰੀ ਐਨਰਜੀ ਵੀ ਡਰੇਨ ਆਊਟ ਹੋ ਜਾਏਗੀ, ਤਾਂ ਦੈਨ ਵੀ ਡੋਂਟ ਹੈਵ ਪੀਪਲ ਹੂ ਕੈਨ ਟੇਕ ਇਟ। ਸੋ ਲੇਕਿਨ ਹੁਣ ਅਸੀਂ ਲੱਗੇ ਹੋਏ ਹਾਂ ਕਿ ਵੀ ਇਹਦਾ ਛੇਤੀ ਤੋਂ ਛੇਤੀ ਕੋਈ ਨਾ ਕੋਈ ਪ੍ਰੋਪਰ ਹਿੱਲਾ ਕੱਢ ਦਈਏ, ਸੋ ਦੈਟ ਵੀ ਕੈਨ ਪ੍ਰਿਜ਼ਰਵ ਐਂਡ ਕੰਜ਼ਰਵ ਦੀ ਹੈਰੀਟੇਜ। ਬਿਲਕੁਲ, ਜਿਵੇਂ ਤੁਸੀਂ ਦੱਸਿਆ ਵੀ 15 ਸਾਲ ਤਾਂ ਤੁਹਾਨੂੰ ਹੀ ਹੋ ਗਏ ਕਿ 2005 ਜੋ ਮੈਨਹੋਲ ਕਵਰ ਵਾਲਾ ਜਿਹੜਾ ਤੁਸੀਂ ਇੰਸੀਡੈਂਟ ਦੱਸ ਰਹੇ ਹੋ, ਉਸ ਤੋਂ ਬਾਅਦ ਵੀ ਤੁਸੀਂ ਵੀ ਆਵਾਜ਼ ਚੱਕ ਰਹੇ ਹੋ, ਬਟ ਦੈਨ ਕੋਈ ਠੋਸ ਕਦਮ ਨਹੀਂ ਲਿੱਤਾ ਜਾ ਰਿਹਾ, ਨਾ ਹੀ ਐਡਮਿਨਿਸਟ੍ਰੇਸ਼ਨ ਵੱਲੋਂ, ਨਾ ਹੀ ਗਵਰਨਮੈਂਟ ਆਫ ਇੰਡੀਆ ਵੱਲੋਂ। ਅਤੇ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਟਾਈਮ ਹੋਰ ਲੱਗੇਗਾ ਵੀ ਆਪਾਂ ਕਹਿੰਦੇ ਸਰਕਾਰਾਂ ਦੇ ਸਿਰ 'ਤੇ ਜੂ ਰਹੇਗੀ ਜਦੋਂ? ਦੇਖੋ, ਮੈਂ ਸਮਝਦਾ ਹੁਣ ਜਿਹੜੀ ਗਵਰਨਮੈਂਟ ਔਰ ਗ੍ਰਹਿ ਮੰਤਰਾਲਿਆ ਨਵਾਂ ਆਇਆ, ਨਵਾਂ ਮੰਤਰਾਲਿਆ, ਨਵਾਂ ਜੋਸ਼, ਨਵਾਂ ਹੋਸ਼, ਤਕਰੀਬਨ 2 ਸਾਲ ਦਾ ਪੀਰੀਅਡ ਮੈਂ ਸਮਝਦਾ ਕਿ ਵੀ 2 ਸਾਲ ਦੇ ਅੰਦਰ ਅੰਦਰ ਇਹਦੇ ਬਾਰੇ ਕੋਈ ਨਾ ਕੋਈ ਰੂਪ ਰੇਖਾ ਫਾਈਨਲ ਕਰਨ ਦੇ ਵਿੱਚ ਮੈਂ ਵੀ ਸਕਸ਼ਮ ਹੋ ਜਾਵਾਂਗਾ ਔਰ ਪਹੁੰਚਾ ਦੇਵਾਂਗਾ, ਕਿਉਂਕਿ ਕਈ ਕੰਮ ਅੰਡਰਗਰਾਊਂਡ ਚੱਲ ਰਹੇ ਨੇ, ਜਿੱਦਾਂ ਅਸੀਂ ਮਿਊਜ਼ੀਅਮ ਦੀ ਗੱਲ ਕਰ ਰਹੇ ਹਾਂ, ਜਿੱਦਾਂ ਅਸੀਂ RFID ਦੀ ਗੱਲ ਕਰ ਰਹੇ ਹਾਂ, ਜਿੱਦਾਂ ਅਸੀਂ ਚਿਪਸ ਦੀ ਗੱਲ ਕਰ ਰਹੇ ਹਾਂ, ਸੋ ਇਹ ਆਲ ਪ੍ਰੋਸੈਸ ਇਜ਼ ਔਨ। ਸੋ ਸਪੀਡ ਉੱਦਾਂ ਜਦੋਂ ਸਾਨੂੰ ਗ੍ਰਹਿ ਮੰਤਰਾਲੇ ਤੋਂ ਥੋੜ੍ਹਾ ਜਿਹਾ ਪੁਸ਼ ਆ ਜਾਏਗਾ, ਬਿਕੋਜ਼ ਗ੍ਰਹਿ ਮੰਤਰਾਲਾ ਇਜ਼ ਦੀ ਅਲਟੀਮੇਟ ਕੰਟਰੋਲਰ ਆਫ ਚੰਡੀਗੜ੍ਹ, ਸੋ ਦ ਮੂਮੈਂਟ ਉਹ ਕਰੇਗਾ, ਫ੍ਰੈਂਚ ਅੰਬੈਸਡਰ ਵੀ ਹੈਵ ਆਲਰੇਡੀ ਰਿਟਨ, ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਵੀ ਅਸੀਂ ਰੋਪ ਇਨ ਕਰ ਰਹੇ ਹਾਂ, ਐਂਡ ਵੀ ਆਰ ਸੈਂਡਿੰਗ ਲੈਟਰ ਟੂ ਆਲ ਦੀ ਅੰਬੈਸੀਜ ਇਨ ਦਾ ਵਰਲਡ ਥਰੂ ਮਿਨਿਸਟਰੀ ਆਫ ਐਕਸਟਰਨਲ ਅਫੇਅਰ, ਕਿ ਸਾਡੀਆਂ ਜਿਹੜੀਆਂ ਅੰਬੈਸੀ ਪੈਰਿਸ 'ਚ ਹੈ, ਜਿਹੜੀ ਕੈਨੇਡਾ 'ਚ ਹੈ, ਉਹਨਾਂ ਨੂੰ ਸੈਂਸਟਾਈਜ਼ ਕਰਨਾ ਕਿ ਜਿੱਥੇ ਕਿਧਰੇ ਆਕਸ਼ਨ ਹੋ ਰਹੀ ਹੈ ਸਾਡਾ ਮਿਨਿਸਟਰੀ ਦਾ ਆਰਡਰ ਉੱਥੇ ਸ਼ੋਅ ਕੀਤਾ ਜਾਏ, ਔਰ ਉਹਨਾਂ ਨੂੰ ਕਿਹਾ ਜਾਏ ਕਿ ਇਹ ਜਿਹੜੀਆਂ ਆਈਟਮਾਂ ਨੇ ਇਹ ਗੈਰ ਕਾਨੂੰਨੀ ਤਰੀਕੇ ਨਾਲ ਹਿੰਦੁਸਤਾਨ ਤੋਂ ਬਾਹਰ ਲਿਜਾਈਆਂ ਗਈਆਂ ਨੇ, ਇਸ ਕਰਕੇ ਇਹਨਾਂ ਨੂੰ ਇਹਦਾ ਅਸਲੀ ਮਾਲਕ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਹੈ, ਇਹਨੂੰ ਵਾਪਸ ਕਰਾਇਆ ਜਾਏ, ਕਿਉਂਕਿ ਇੱਕ ਰਿਪੋਰਟ ਨੇ ਅਪਰੂਵ ਕੀਤਾ ਕਿ ਉਹ ਜਾਅਲੀ ਸਰਟੀਫਿਕੇਟ ਲਗਾ ਕੇ ਹੈਰੀਟੇਜ ਦੇ ਫੋਰਨ 'ਚ ਵੇਚ ਰਹੇ ਨੇ, ਸੋ ਅਸੀਂ ਉਹਦੀ ਵੀ ਇਨਕੁਆਇਰੀ ਦੀ ਮੰਗ ਕਰ ਰਹੇ ਹਾਂ ਕਿ ਐਕਚੁਅਲ 'ਚ ਹੈਰੀਟੇਜ ਫਰਨੀਚਰ ਹੀ ਹੈ ਜਿਹੜਾ ਆਪਸ਼ਨ ਹੋ ਰਿਹਾ ਜਾਂ ਸਿਰਫ ਨੰਬਰ 1, ਨੰਬਰ 2 ਵੈਦਰ ਉਹ ਲੀਗਲ ਪੇਪਰ ਨਾਲ ਗਿਆ ਉੱਥੋਂ ਕਿ ਨਹੀਂ ਗਿਆ ਜੀ, ਬਿਲਕੁਲ। ਸੋ ਇਹ ਚੀਜ਼ਾਂ ਸਾਰੇ ਡਾਕੂਮੈਂਟ ਜੈਨੂਅਨ ਨੇ, ਇਹਦੇ ਲਈ ਵੀ ਅਸੀਂ ਸਾਰੀਆਂ ਅੰਬੈਸੀ ਨੂੰ ਥਰੂ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਲਿਖ ਰਹੇ ਹਾਂ, ਤਾਂ ਸਪੀਡ ਅੱਗੇ ਨਾਲੋਂ ਤੇਜ਼ ਹੈ, ਬਿਕੋਜ਼ ਆਕਸ਼ਨਸ ਬਹੁਤ ਫਾਸਟ ਹੋ ਗਈਆਂ ਨੇ, ਲਾਸਟ ਨਿਊਜ਼ੀਲੈਂਡ ਸੀਗੀ,
ਨੈਕਸਟ ਵੀਕ ਆਸਟ੍ਰੇਲੀਆ 'ਚ ਪਹਿਲੀ ਆਕਸ਼ਨ ਹੈਗੀ ਹੈ ਚੰਡੀਗੜ੍ਹ ਫਰਨੀਚਰ ਦੀ। ਇਹ ਵੀ ਸਰ ਇੱਕ ਸਵਾਲ ਹੈ ਕਿ ਸਾਨੂੰ ਪ੍ਰਾਇਰ ਹੀ ਪਤਾ ਲੱਗ ਜਾਂਦਾ, ਇੱਕ ਤੁਸੀਂ ਕਹਿ ਰਹੇ ਹੋ ਵੀ ਨੈਕਸਟ ਵੀਕ ਹੈ ਨਾ, ਪਹਿਲੀ ਪਤਾ ਲੱਗ ਗਿਆ, ਫਿਰ ਵੀ ਸਰਕਾਰ ਨਹੀਂ ਕੁਛ ਕਰ ਪਾ ਰਹੀ। ਅਸੀਂ ਇਸ ਤਰ੍ਹਾਂ ਕਿ ਗਵਰਨਮੈਂਟ ਨੂੰ ਲਿਖ ਵੀ ਦਿੰਦੇ ਹਾਂ, ਪਰ ਮੈਂ ਸਮਝਦਾ ਕਿ ਸਰਕਾਰ ਦੇ ਲਈ ਇਹ ਮੁੱਦਾ ਜਿੰਨਾ ਪ੍ਰਾਇਰਟੀ 'ਤੇ ਹੋਣਾ ਚਾਹੀਦਾ ਹੈ ਓਨਾ ਨਹੀਂ ਹੈਗਾ। ਦੀ ਮੂਮੈਂਟ ਇਟ ਵਿਲ ਕਮ ਔਨ ਦੈਟ ਪ੍ਰਾਇਰਟੀ, ਦੀ ਮੂਮੈਂਟ ਐਕਸ਼ਨ ਵਿਲ ਬੀ ਟੇਕਨ। ਮੈਂ ਉਹਨਾਂ ਨੂੰ ਰੈਗੂਲਰ ਲਿਖ ਰਿਹਾ, ਗ੍ਰਹਿ ਮੰਤਰਾਲੇ ਨੂੰ ਵੀ, ਐਕਸਟਰਨਲ ਅਫੇਅਰ ਨੂੰ ਵੀ, ਕਿ ਸਾਡਾ ਜਿਹੜਾ ਸੋਨੇ ਵਰਗਾ ਦੇਸ਼ ਹੈ ਇਹ ਕੰਗਾਲ ਹੋਣ ਤੋਂ ਬਚ ਜਾਏਗਾ ਜੇ ਆਪਾਂ ਕੋਈ ਸਟੈਪ ਜਿਹੜੇ ਹੈ ਟਾਈਮਲੀ ਲੈ ਸਕਦੇ। ਬਿਲਕੁਲ, ਇਹ ਸਿਰਫ ਚੰਡੀਗੜ੍ਹ, ਤੁਸੀਂ ਸਹੀ ਕਿਹਾ ਵੀ ਸਿਰਫ ਚੰਡੀਗੜ੍ਹ ਦੀ ਗੱਲ ਨਹੀਂ ਹੈ, ਪੰਜਾਬ, ਹਰਿਆਣਾ ਜਾਂ ਹੋਰ ਵੀ ਆਪਣੀਆਂ ਸਟੇਟਸ ਨੇ ਜਿਨ੍ਹਾਂ ਦੇ ਵਿੱਚ ਇੰਨਾ ਜਿੰਨਾ ਹੈਰੀਟੇਜ ਪ੍ਰੋਪਰਟੀਜ਼ ਪਈ ਹੈ, ਹੈਰੀਟੇਜ ਆਈਟਮਸ ਪਈਆਂ ਜਿਨ੍ਹਾਂ ਨੂੰ ਕੰਜ਼ਰਵ ਕਰਨ ਦੀ ਲੋੜ ਹੈ। ਇਹ ਅਹਿਮਦਾਬਾਦ ਦੇ ਵਿੱਚ ਵੀ ਜਾ ਚੁੱਕਾ ਹੈ, ਇੱਕ ਆਈਟਮ ਹੈ ਉਹਨੂੰ ਅਸੀਂ ਕਹਿੰਦੇ ਹਾਂ ਕੰਕਰੀਟ ਲਾਈਟ ਫਿਕਸਚਰ, ਲੇਕ 'ਤੇ ਲੱਗੇ ਹੋਏ ਨੇ, ਫੁੱਟਪਾਥ 'ਤੇ ਲੱਗਦੇ ਨੇ, ਉਹ ਇਸ ਤਰ੍ਹਾਂ ਦੇ ਕੁਛ ਫਿਕਸਚਰ ਕਿਸੇ ਅਰੇਂਜਮੈਂਟ ਦੇ ਅੰਡਰ ਅਹਿਮਦਾਬਾਦ ਲੱਗੇ ਸੀਗੇ, ਉਹ ਵੀ ਆਕਸ਼ਨ ਹੋ ਚੁੱਕੀ ਹੈ। ਓਕੇ, ਸੋ ਇਹ ਸਪਰੈਡ ਕਰ ਚੁੱਕਾ ਬੁਰੀ ਤਰ੍ਹਾਂ। ਔਰ ਜਿਵੇਂ ਕਹਿੰਦੇ ਨੇ ਵੀ ਜਿਸ ਚੀਜ਼ ਦਾ ਅੰਤ ਹੋਣਾ ਹੁੰਦਾ ਉਹ ਪੀਕ 'ਤੇ ਪਹੁੰਚ ਜਾਂਦੀ, ਹੁਣ ਇਹ ਪੀਕ 'ਤੇ ਆਲਮੋਸਟ ਪਹੁੰਚ ਰਿਹਾ ਅਤੇ ਅੰਤ ਇਹਦਾ ਨਿਸ਼ਚਿਤ ਹੈ। ਮੈਂ ਸਮਝਦਾ ਨਿਊ ਗਵਰਨਮੈਂਟ ਹੈਜ਼ ਕਮ ਵਿਦ ਨਿਊ ਆਈਡੀਆਜ਼, ਨਿਊ ਬਲੱਡ, ਇਸ ਕਰਕੇ ਆਈ ਸਪੋਜ਼ ਕਿ ਵੀ ਦੇ ਵਿਲ ਐਕਟ ਵੈਰੀ ਫਾਸਟ, ਐਂਡ ਆਈ ਹੈਵ ਆਲਸੋ ਯੂ ਨੋ ਸਪੀਡ ਅਪ ਮਾਈ ਯੂ ਨੋ ਕਮਿਊਨੀਕੇਸ਼ਨ ਟੂ ਦੈਮ ਵੀ ਐਜ਼ ਅਰਲੀ ਐਜ਼ ਪੋਸੀਬਲ ਉਹਨੂੰ ਕੀਤਾ ਜਾਏ। ਸੋ ਆਈ ਐਕਸਪੈਕਟ ਕਿ ਵੀ ਇਹ ਹੋਏਗਾ, ਐਂਡ ਵੰਸ ਇਟ ਇਜ਼ ਡਨ ਓਨਲੀ ਦੈਨ ਪੀਪਲ ਵਿਲ ਬੀ ਸੈਂਸੀਟਾਈਜ਼, ਪੀਪਲ ਥੋੜ੍ਹਾ ਜਿਹਾ ਇਹਦੇ ਬਾਰੇ ਅਵੇਅਰ ਘੱਟ ਨੇ, ਇਸ ਕਰਕੇ ਉਹਨਾਂ ਨੂੰ ਇਹਦੇ ਬਾਰੇ ਬਹੁਤ ਜ਼ਿਆਦਾ ਕੰਸਰਨ ਨਹੀਂ ਹੈ। ਔਰ ਇੱਥੇ ਇੱਕ ਮੂਵਮੈਂਟ ਨਹੀਂ ਬਣ ਸਕੀ, ਅਦਰਵਾਈਜ਼ ਅਗਰ ਇੱਥੇ ਮੂਵਮੈਂਟ ਬਣ ਜਾਏ ਦੈਨ ਇਟ ਕੈਨ ਬੀ ਡਨ ਐਜ਼ ਅਰਲੀ ਐਜ਼ ਪੋਸੀਬਲ। ਇੱਕ ਸਰ ਹੋਰ ਸਵਾਲ ਹੈ ਕਿ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਬਾਹਰ ਆਕਸ਼ਨ ਆਪਾਂ ਦੇਖ ਰਹੇ ਹਾਂ, ਬਾਹਰ ਆਕਸ਼ਨ ਹੋ ਰਹੀ ਹੈ ਅਤੇ ਉੱਥੇ ਵੀ ਲੋਕ ਬੈਠੇ ਨੇ ਜਿਹੜੇ ਇੰਡੀਆ ਤੋਂ ਨੇ, ਅਤੇ ਉਹ ਵੀ ਮੈਨੂੰ ਲੱਗਦਾ ਇੰਨੇ ਸੈਂਸੀਟਾਈਜ਼ ਨਹੀਂ ਕਿ ਇੱਥੇ ਆਕਸ਼ਨ ਹੋ ਰਹੀ ਹੈ ਜਾਂ ਉਹ ਇਨਫੋਰਮ ਕਰਦੇ ਨੇ ਐਮਬੈਸੀ ਨੂੰ ਜਾਂ ਉਹ ਟਵੀਟ ਕਰਨ ਸੋਸ਼ਲ ਮੀਡੀਆ 'ਤੇ, ਕੀ ਸਮਝਦੇ ਇਸ ਬਾਰੇ? ਨਹੀਂ, ਮੈਂ ਸਮਝਦਾ ਜਿਹੜੇ ਹਿੰਦੁਸਤਾਨੀ ਇਸ ਸਮੇਂ ਆਪਣੇ ਦੇਸ਼ ਤੋਂ ਬਾਹਰ ਬੈਠੇ ਨੇ, ਚਾਹੇ ਉਹ UK 'ਚ ਹੈ, ਚਾਹੇ ਉਹ USA 'ਚ ਹੈ, ਚਾਹੇ ਉਹ ਕੈਨੇਡਾ 'ਚ ਨੇ, ਚਾਹੇ ਉਹ ਨਿਊਜ਼ੀਲੈਂਡ 'ਚ ਹੈ, ਚਾਹੇ ਉਹ ਆਸਟ੍ਰੇਲੀਆ 'ਚ ਨੇ, ਉਹਨਾਂ ਨੂੰ ਇਹਦੇ ਬਾਰੇ ਸਜਗ ਰਹਿਣਾ ਚਾਹੀਦਾ। ਅਤੇ ਜਿੱਥੇ ਆਕਸ਼ਨ ਹਾਊਸਾਂ ਦੇ ਵਿੱਚ ਉਹਨਾਂ ਨੂੰ ਲੱਗੇ ਕਿ ਚੰਡੀਗੜ੍ਹ ਦਾ ਜਾਂ ਕੋਈ ਹਿੰਦੁਸਤਾਨ ਦਾ ਫਰਨੀਚਰ ਵਿਕ ਰਿਹਾ, ਉਹਦੀ ਜਾਣਕਾਰੀ ਟਵਿੱਟਰ 'ਤੇ ਵੀ ਦੇਣ, ਇੰਸਟਾਗ੍ਰਾਮ 'ਤੇ ਵੀ ਪਾਉਣ, ਭਾਰਤੀ ਸਰਕਾਰ ਨੂੰ ਵੀ ਥਰੂ ਅੰਬੈਸੀ ਲਿਖਣ। ਅਤੇ ਅਸੀਂ ਨਾ ਕੇਵਲ ਚੰਡੀਗੜ੍ਹ ਦਾ ਹੈਰੀਟੇਜ, ਅਸੀਂ ਹਿੰਦੁਸਤਾਨ ਦਾ ਹੋਰ ਬੜਾ ਸਮਾਨ ਹੈ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੱਖੀ ਮਿਊਜ਼ੀਅਮ ਦਾ ਸਮਾਨ ਪਿੱਛੇ ਕੁਝ UK ਦੇ ਵਿੱਚ ਮਿਲਿਆ ਜਿਹਨੂੰ ਅਸੀਂ ਰੋਕ ਰਹੇ ਹਾਂ। ਤਾਂ ਇੱਦਾਂ ਦਾ ਹਿੰਦੁਸਤਾਨੀ ਜਿਹੜੇ ਬਾਹਰ ਬੈਠੇ ਨੇ ਉਹ ਬਹੁਤ ਜ਼ਿਆਦਾ ਸਾਡੀ ਮਦਦ ਕਰ ਸਕਦੇ ਨੇ, ਜਿਵੇਂ ਹੀ ਉਹ ਇਹਨਾਂ ਆਈਟਮਾਂ ਨੂੰ ਦੇਖਣ, ਟਵਿੱਟਰ ਦੇ ਉੱਤੇ ਮੈਸੇਜ ਭੇਜਣ PMO ਨੂੰ, ਟਵਿੱਟਰ 'ਤੇ ਮੈਸੇਜ ਭੇਜਣ HMO ਨੂੰ, ਅਤੇ ਆਪਣੇ ਫੇਸਬੁੱਕ ਦੇ ਉੱਤੇ ਜਾਂ ਹੋਰ ਚੀਜ਼ਾਂ ਦੇ ਰਾਹੀਂ, ਅਤੇ ਪਲੱਸ ਲੋਕਲ ਅੰਬੈਸੀ ਨੂੰ ਇਮੀਡੀਏਟ ਇਨਫੋਰਮ ਕਰਨ, ਤਾਂ ਕਿ ਸਟੈਪ ਲਿੱਤੇ ਜਾ ਸਕਣ ਅਤੇ ਆਪਾਂ ਆਲ ਓਵਰ ਦੀ ਵਰਲਡ ਨੂੰ ਇੱਕ ਮੁਹਿੰਮ ਜਾਂ ਮੂਵਮੈਂਟ ਬਣਾ ਕੇ ਆਪਣਾ ਜਿਹੜਾ ਵਿਰਸਾ, ਜਿਹੜਾ ਹੈਰੀਟੇਜ ਬਾਹਰ ਹੈ, ਉਹਨੂੰ ਐਜ਼ ਅਰਲੀ ਐਜ਼ ਪੋਸੀਬਲ ਲਿਆ ਸਕੀਏ। ਬਿਲਕੁਲ ਸਹੀ ਕਹਿ ਰਹੇ ਹੋ, ਸਾਡੇ ਵੱਲੋਂ ਵੀ ਇਹ ਕੋਸ਼ਿਸ਼ ਰਹੇਗੀ ਕਿ ਜਿੰਨਾ ਅਸੀਂ ਸਪਰੈਡ ਕਰ ਸਕੀਏ ਸੋਸ਼ਲ ਮੀਡੀਆ 'ਤੇ, ਟਵਿੱਟਰ 'ਤੇ, ਅਤੇ ਲੋਕਾਂ ਨੂੰ ਸੈਂਸੀਟਾਈਜ਼ ਕਰ ਸਕੀਏ ਇਸ ਬਾਰੇ ਕਿ ਪ੍ਰਿਜ਼ਰਵ ਕਰ ਸਕੀਏ ਆਪਦੀ ਹੈਰੀਟੇਜ ਨੂੰ। ਥੈਂਕ ਯੂ ਸੋ ਮਚ ਸਰ, ਆਪਦਾ ਪ੍ਰੀਸ਼ੀਅਸ ਟਾਈਮ ਦੇਣ ਲਈ। ਇਹ ਸਨ ਮੇਰੇ ਨਾਲ ਅਜੇ ਜੱਗਾ ਜੀ, ਜਿਹੜੇ ਕਿ ਚੰਡੀਗੜ੍ਹ ਹੈਰੀਟੇਜ ਫਰਨੀਚਰ ਦੀ ਪ੍ਰੋਟੈਕਸ਼ਨ ਲਈ, ਉਹਦੀ ਕੰਜ਼ਰਵੇਸ਼ਨ ਦੇ ਲਈ ਵੱਧ ਚੜ੍ਹ ਕੇ ਅੱਗੇ ਆ ਰਹੇ ਨੇ, ਅਤੇ ਇਹ ਲੋਕਾਂ ਨੂੰ ਵੀ ਇਹ ਕਹਿ ਰਹੇ ਨੇ ਕਿ ਸੈਂਸੀਟਾਈਜ਼ ਹੋਵੋ ਤਾਂ ਕਿ ਤੁਹਾਡਾ ਹੈਰੀਟੇਜ ਫਰਨੀਚਰ ਜਿਹੜਾ ਕਿ ਬਾਹਰ ਆਕਸ਼ਨ ਹੋ ਰਿਹਾ ਹੈ ਉਸਨੂੰ ਅਸੀਂ ਰੋਕ ਸਕੀਏ। ਅਤੇ ਅਗਲੀ ਵਾਰ ਫਿਰ ਮਿਲਾਂਗੀ ਕਿਸੇ ਨਵੇਂ ਸ਼ਖਸ ਦੇ ਨਾਲ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।